Bye.
Oh.
अरदास गुरु हृदय
ਚਾਪੈ ਕਰ ਤੁੰਬੀ ਕਰ ਕੀਨ ਕੁਪੀਨਾ ਤਨ ਉਪਰ ਕਮਰੇ ਸਿਤ ਲੀਨਾ ਕਰ ਤੁੰਬੀ ਕਰ ਕੀਨ ਕੁਪੀਨਾ ਤਨ ਉਪਰ ਕਮਰੇ ਸਿਤ ਲੀਨਾ ਵਾਪਰੇ ਸਨ
ਵਾਪਰ ਰਹੇ ਸਨ। ਭਾਵ ਕਾਲ ਪੈ ਜਾਣਾ, ਇਹੋ ਜਿਹੀਆਂ ਘਟਨਾਵਾਂ ਆਮ ਹੋ ਗਈਆਂ ਸਨ। ਇੱਕ ਤਾਂ ਇਹੋ ਜਿਹੀ ਭਿਆਨਕ ਕੁਦਰਤ ਵੱਲੋਂ ਲੋਕਾਂ ਨੂੰ ਦੁੱਖ ਮਿਲ ਰਿਹਾ ਸੀ, ਅਤੇ ਦੂਸਰਾ ਉਸ ਸਮੇਂ ਜਿਹੜਾ ਮੁਗਲਾਂ ਦਾ ਰਾਜ ਸੀ ਉਹ ਹਿੰਦੁਸਤਾਨ ਦੀ ਧਰਤੀ 'ਤੇ ਆ ਕੇ ਪ੍ਰਗਟ ਹੋ ਗਿਆ। ਮੁਹੰਮਦ ਪੰਥ ਭਾਵ ਇਸਲਾਮ ਚਾਰੇ ਪਾਸੇ ਹਿੰਦੁਸਤਾਨ ਵਿੱਚ ਆਪਣੀ ਤਲਵਾਰ ਦੇ ਜ਼ੋਰ ਨਾਲ ਫੈਲ ਰਿਹਾ ਸੀ। ਇਹ ਜਿਹੜੇ ਇਸਲਾਮਿਕ ਲੋਕ ਸਨ ਇਹ ਕਲਯੁਗ ਦੇ ਸਮੇਂ ਵਿੱਚ ਭਾਵ ਨੀਵੇਂ ਵਿਚਾਰਾਂ ਵਾਲੇ ਸਨ। ਇਹ ਮਨ ਬੁੱਧੀ ਕਰਕੇ ਕੋਈ ਇੰਨੇ ਸ੍ਰੇਸ਼ਟ ਵਿਚਾਰ ਨਹੀਂ ਸਨ ਇਹਨਾਂ ਦੇ। ਭਾਈ ਰਤਨ ਸਿੰਘ ਭੰਗੂ ਵੀ ਜਦੋਂ ਇਤਿਹਾਸ ਲਿਖਦੇ ਨੇ ਉਹ ਦੱਸਦੇ ਨੇ ਕਿ ਇਸਲਾਮਿਕ ਲੋਕਾਂ ਵਿੱਚ ਆਮ ਇਹ ਗੱਲ ਮਸ਼ਹੂਰ ਸੀ ਕਿ ਜੇ ਕਿਸੇ ਨੂੰ ਮਾਰਨ ਵਾਸਤੇ ਆਪਣੀ ਬਾਂਹ ਦੇ ਉੱਤੇ ਤੇਲ ਲਾ ਲਓ ਅਤੇ ਉਹਨੂੰ ਤਿਲਾਂ ਦੇ ਵਿੱਚ ਡੁਬਾਉਂਦੇ ਹੋ, ਜਿੰਨੇ ਤੇਲ ਉਸ ਬਾਂਹ ਦੇ ਨਾਲ ਲੱਗ ਜਾਣ ਚਿਪਕ ਜਾਣ, ਇੰਨੀਆਂ ਸਹੁੰਆਂ ਖਾ ਕੇ ਵੀ ਜੇ ਕੋਈ ਗੈਰ ਇਸਲਾਮਿਕ ਲੋਕ ਮਰਦੇ ਨੇ ਤਾਂ ਉਹ ਬੜਾ ਵੱਡਾ ਪੁੰਨ ਸਮਝਿਆ ਜਾਂਦਾ ਸੀ। ਉਹਨਾਂ ਦੇ ਰਾਜ ਵਿੱਚ ਕਿਹੋ ਜਿਹਾ ਵਰਤਾਰਾ ਕਰਦਾ ਸੀ, ਕਹਿੰਦੇ ਗਊ ਅਤੇ ਗਰੀਬ ਨੂੰ ਮਾਰ ਦੇਣਾ, ਇਹੋ ਜਿਹੀਆਂ ਭੈੜੀਆਂ ਚਾਲਾਂ ਚੱਲ ਪਈਆਂ। ਕਲਯੁਗ ਦੇ ਸਮੇਂ ਇਹੋ ਜਿਹੀਆਂ ਮਾੜੀਆਂ ਚਾਲਾਂ, ਇਹੋ ਜਿਹੀਆਂ ਮਾੜੀਆਂ ਰੀਤਾਂ ਤੁਰ ਪਈਆਂ। ਮਾਸ ਖਾਣਾ, ਗਊ ਹੱਤਿਆ ਕਰਨੀ, ਗਰੀਬ ਦੇ ਨਾਲ ਧੱਕਾ ਚੋਰੀ ਕਰ ਦੇਣੀ, ਉਹਨੂੰ ਮਾਰ ਦੇਣਾ, ਹੁਣ ਰਾਜਿਆਂ ਦੀ ਹਾਲਤ ਕੀ ਸੀ? ਕਹਿੰਦੇ ਸਾਰੇ ਰਾਜੇ ਜਿਹੜੇ ਸੀ ਨਾ ਮੰਦ ਬੁੱਧੀ ਵਾਲੇ ਹੋ ਗਏ। ਇਸ ਤਰ੍ਹਾਂ ਜਾਣੋ ਕਿ ਸਾਰੇ ਲੋਕਾਂ ਦੇ ਕੋਲੋਂ ਚੰਗੇ ਕਰਨ ਜਿਵੇਂ ਕਿਸੇ ਨੇ ਖੋਹ ਲੈ ਨੇ, ਜਿਹਦੇ ਵੀ ਕੋਲ ਜਾਓ ਸਾਰੇ ਮਾੜੇ ਵਿਹਾਰ ਕਰਦੇ ਹਨ। ਹੁਣ ਜਿਹੜੇ ਰਾਜਿਆਂ ਦੇ ਮੰਤਰੀ ਨੇ ਉਹ ਸਾਰੇ ਵਿਭਚਾਰੀ ਹੋ ਗਏ, ਭਾਵ ਵੇਸ਼ਵਾਗਾਮੀ ਹੋ ਗਏ। ਹਮ ਟੇਢੇ ਮਨਾਂ ਵਾਲੇ ਮਨ ਬਾਮੀ ਹੋ ਗਏ, ਦੁਰਾਚਾਰ ਕਰਨਾ ਹੀ ਇਹਨਾਂ ਦਾ ਕਰਮ ਬਣ ਗਿਆ। ਦੁਰਮਤ ਭਾਵ ਖੋਟੀ ਬੁੱਧੀ ਵਾਲੇ, ਹੋਰ ਇਸ ਤਰ੍ਹਾਂ ਦੁਸ਼ਟਤਾ, ਦਰੋਦਰੀ, ਕਿਸੇ ਨਾਲ ਈਰਖਾ ਕਰਨੀ, ਜੂਆ ਖੇਡਣਾ, ਦੁਖਰਿਤ ਮਾੜੇ ਕਰਮ ਕਰਨੇ, ਕਲੇਸ਼, ਸੰਤੋਖ, ਸੰਤਾਪ, ਜਿਹੜੇ ਕਿ ਉਹਦੇ ਸਾਰੇ ਮਾੜੇ ਕਰਮ ਸਨ। ਇੱਥੇ ਭਾਈ ਸੰਤੋਖ ਸਿੰਘ ਨੇ ਮਿਥਿਹਾਸ ਦਾ ਹਵਾਲਾ ਦੇ ਕੇ ਗੱਲ ਸਮਝਾਈ, ਕਹਿੰਦੇ ਇਸ ਤਰ੍ਹਾਂ ਜਾਣੋ, ਇੱਕ ਸੂਨ ਸਿੰਘ ਦਾ ਰਾਕਸ਼ਣੀ ਉਹਦੇ ਪੁੱਤਰ ਮੰਨੇ ਨੇ, ਦੋ ਰਾਹੂ ਅਤੇ ਕੇਤੂ। ਉਹਨਾਂ ਦੇ ਮਿਥਿਹਾਸ ਅਨੁਸਾਰ ਕਹਿੰਦੇ ਨੇ ਜਦੋਂ ਚੰਦਰਮਾ ਘਟਦਾ ਹੈ ਇਹਨੂੰ ਰਾਹੂ ਅਤੇ ਕੇਤੂ ਖਾਂਦੇ ਨੇ। ਇਸ ਤਰ੍ਹਾਂ ਕਹਿੰਦੇ ਜਿਹੜਾ ਧਰਮ ਦਾ ਚੰਦਰਮਾ ਚੜਿਆ ਸੀ ਉਸਦਾ ਇਹਨਾਂ ਮਾੜੇ ਗੁਣਾਂ ਨੇ ਇਸ ਤਰ੍ਹਾਂ ਖਾ ਲਿਆ ਜਿਵੇਂ ਰਾਹੂ ਔਰ ਕੇਤੂ ਚੰਦਰਮਾ ਨੂੰ ਖਾ ਜਾਂਦੇ ਨੇ। ਇਹਨਾਂ ਔਗੁਣਾਂ ਨੇ ਧਰਮੀ ਲੋਕਾਂ ਨੂੰ ਇੱਕ ਸਾਪ ਨਾਲ ਧਰਤੀ ਤੋਂ ਅਲੋਪ ਕਰ ਦਿੱਤਾ। ਜਿਹੜੇ ਰਾਜੇ ਸਨ ਉਹ ਤਾਂ ਆਮ ਜਨਤਾ ਦੀ ਕੋਈ ਗੱਲਬਾਤ ਨਹੀਂ ਸੁਣਦੇ ਸਨ। ਜਿਹੜੇ ਰਾਜੇ ਸਨ ਉਹਨਾਂ ਨੇ ਫੈਸਲਾ ਸੁਣਾਉਣਾ ਸੀ, ਧਾਰਮਿਕ ਆਗੂ ਸਨ, ਕਹਿੰਦੇ ਉਹ ਵੀ ਸਾਰੇ ਰਿਸ਼ਵਤ ਦੇ ਵੱਸ ਪੈ ਗਏ। ਜੇ ਕਿਸੇ ਨੇ ਪੈਸੇ ਦੇ ਦੇਣੇ ਉਹਦਾ ਝੂਠ ਵੀ ਸੱਚ ਬਣਾ ਕੇ ਜਨਤਾ ਸਾਹਮਣੇ ਪੇਸ਼ ਕਰਦੇ ਸਨ। ਜੇ ਕੋਈ ਕਾਤਲ ਸੀ ਉਹਨੂੰ ਸੱਚਾ ਸਿੱਧ ਕਰ ਦਿੰਦੇ ਸਨ। ਇਹੋ ਜਿਹਾ ਵਰਤਾਰਾ ਵਰਤ ਰਿਹਾ ਸੀ ਉਸ ਸਮੇਂ ਧਾਰਮਿਕ ਦੁਨੀਆਂ ਅੰਦਰ ਵੀ, ਕਹਿੰਦੇ ਸੱਚ ਦਾ ਤਾਂ ਕੋਈ ਨਾਂ ਹੀ ਨਹੀਂ ਸੀ ਲੈ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਵੀ ਇਸ ਦਸ਼ਾ ਦਾ ਵਰਣਨ ਕਰਦੇ ਬਚਨ ਆਖਦੇ ਨੇ, ਕਾਤੀ ਤੂੜ ਬੋਲ ਬਲ ਆਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਇਹ ਤਿੰਨ ਫਿਰਕੇ ਸਨ ਉਸ ਸਮੇਂ ਪੂਰੇ ਮਸ਼ਹੂਰ, ਜੋਗੀ ਬ੍ਰਾਹਮਣ ਔਰ ਇਹ ਜਿਹੜੇ ਸਾਰੇ ਸਨ। ਸਤਿਗੁਰੂ ਕਹਿੰਦੇ ਇਹ ਸਾਰਿਆਂ ਨੇ ਉਜਾੜਾ ਬੰਨਿਆ ਹੈ, ਜੋਗੀਆਂ ਨੇ ਵੀ, ਕਾਜੀਆਂ ਨੇ ਵੀ ਔਰ ਬ੍ਰਾਹਮਣਾਂ ਨੇ ਵੀ। ਸਤਿਗੁਰਾਂ ਨੇ ਜਦੋਂ ਇਹਨਾਂ ਦੀ ਪਰਿਭਾਸ਼ਾ ਦਿੱਤੀ ਕਹਿੰਦੇ ਨਹੀਂ ਇਸ ਤਰ੍ਹਾਂ ਦਾ ਜੋਗੀ ਨਹੀਂ, ਜੋਗੀ ਸੋ ਜੋ ਜੁਗਤ ਪਛਾਣੈ, ਗੁਰਪੁਰ ਸਾਦੀ ਇੱਕੋ ਜਾਣੈ, ਕਾਜੀ ਸੋ ਜੋ ਉਲਟੀ ਕਰੈ, ਗੁਰਪੁਰ ਸਾਦੀ ਜੀਵਤ ਮਰੈ। ਇਹ ਪਰਿਭਾਸ਼ਾ ਨਾਲੋਂ ਨਾਲ ਦੱਸੀਆਂ, ਉਮਰ ਦੱਸ ਕੇ ਨਾਲ ਉਹਨਾਂ ਨੂੰ ਸੁਧਾਰਿਆ। ਸੋ ਬ੍ਰਾਹਮਣ ਜੋ ਬ੍ਰਾਹਮਣ ਵਿਚਾਰੈ, ਆਪ ਕਰੈ
सगल कुटुंब तारे वह ब्राह्मण है वह योगी है जिहड़ा एक दे नाल जुड़िया है। सतगुरु कहिंदे जिहड़े एक नाल नहीं जुड़े वह सारे उजाड़े का ब्रह्म है भाव आम जनता नूं लुट रहे ने धर्म के नाम से कर्मकांड दस दस के अपने परिवारां नूं पाल रहे हन। ਖਤਮ ਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਬਚਨ ਕਰਦੇ ਨੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਮਰ ਤੁਮਾਰੀ। ਤੁਹਾਡੀ ਤਾਂ ਬੋਲ ਬਾਣੀ ਹੋਰ ਸੀ, ਤੁਸੀਂ ਤਾਂ ਮਾਤਾ ਪਿਤਾ ਬੋਲਣਾ ਸੀ, ਤੁਸੀਂ ਵੀ ਮੀਆਂ ਜੀ ਕਹਿ ਕੇ ਬੋਲਣ ਲੱਗ ਗਏ। ਜਿਵੇਂ ਅਸੀਂ ਇੱਥੇ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਬੋਲ ਕੇ ਸਤਿਗੁਰੂ ਕਹਿੰਦੇ ਨਹੀਂ ਆਪਣੀ ਬੋਲੀ ਨਹੀਂ ਛੱਡੀਦੀ। ਜੇ ਆਪਣੀ ਬੋਲੀ ਛੱਡਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਕਰ ਸਕੋਗੇ। ਕੀ ਦੱਸੋਗੇ ਬੱਚਿਆਂ ਨੂੰ ਛੁੱਟੇ 'ਤੇ ਬਗਵਾੜ ਕਿਉਂ ਕੀ ਹੁੰਦਾ ਹੈ, ਕੀ ਦੱਸੋਗੇ ਜਿਉਂ ਡਰਨਾ ਖੇਤ ਮੈਂ ਡਰਾਇਆ ਕੀ ਪਰਿਭਾਸ਼ਾ ਹੈ ਇੰਗਲਿਸ਼ ਵਿੱਚ ਨਹੀਂ ਦੱਸ ਸਕਣਾ। ਸਤਿਗੁਰੂ ਕਹਿੰਦੇ ਆਪਣੀ ਬੋਲੀ ਨਾ ਛੱਡੋ, ਜੇ ਆਪਣੀ ਬੋਲੀ ਛੱਡਦੇ ਹੋਗੇ ਆਪਣੇ ਵਿਰਸੇ ਨਾਲੋਂ ਧਰਮ ਨਾਲੋਂ ਟੁੱਟ ਜਾਓਗੇ। ਆਪੋ ਆਪਣੇ ਧਰਮ ਕਿੰਨੇ ਧਰਮ ਨੇ ਹਿੰਦੁਸਤਾਨ ਉੱਤੇ, ਜੈਨੀ ਨੇ, ਬੋਧੀ ਨੇ, ਸਰੇਵੜੇ ਨੇ, ਸੰਨਿਆਸੀ ਨੇ, ਯੋਗੀ ਨੇ, ਕਿੰਨੇ ਫਿਰਕੇ ਨੇ ਇਹਨਾਂ ਦੇ ਅੱਗੇ। ਕਹਿੰਦੇ ਸਾਰੇ ਧਰਮੀ ਮਨੁੱਖ ਹੌਲੀ ਹੌਲੀ ਆਪਣੇ ਧਰਮਾਂ ਨੂੰ ਛੱਡ ਰਹੇ ਨੇ, ਜਿਵੇਂ ਹੁਣ ਹੌਲੀ ਹੌਲੀ ਨਾਸਤਿਕਤਾ ਵੱਧ ਰਹੀ ਹੈ ਨਾ, ਇਸੇ ਤਰ੍ਹਾਂ ਉਸ ਸਮੇਂ ਵੀ ਸਾਰੇ ਧਰਮੀ ਬੰਦੇ ਵੀ ਦੇਖੋ ਦੇਖੀ ਕਿ ਚਲੋ ਕੋਈ ਨਹੀਂ ਉਹਨਾਂ ਤੋਂ ਕੀ ਹੋ ਗਿਆ, ਉਹਨਾਂ ਨੇ ਵੀ ਇਸ ਤਰ੍ਹਾਂ ਹੀ ਪਰਿਵਾਰ ਪਾਲਦੇ ਨੇ, ਚੋਰੀ ਕਰਦੇ ਨੇ, ਡਾਕੇ ਮਾਰਦੇ ਨੇ, ਧੋਖਾ ਕਰਦੇ ਨੇ, ਇਸ ਤਰ੍ਹਾਂ ਇੱਕ ਦੂਜੇ ਨੂੰ ਵੇਖ ਕੇ ਸਾਰਿਆਂ ਨੇ ਇਹ ਸ਼ੁਭ ਗੁਣ ਧਰਮ ਨੂੰ ਛੱਡਣਾ ਆਰੰਭ ਕਰ ਦਿੱਤਾ। ਜਿਹੜੇ ਸਰੀਰ ਸੀ ਉਹ ਪੁੰਨਾਂ ਤੋਂ ਹੀਣੇ ਹੋ ਗਏ ਅਤੇ ਪਾਪਾਂ ਦੇ ਨਾਲ ਹੈ ਪੀਟੇ ਗਏ ਸਰੀਰ, ਪਾਪ ਲੋਕ ਪਾਪੀ ਬਣ ਗਏ, ਉਹਨਾਂ ਧਰਮ ਵਾਲੇ ਕਰਮ ਕਰਨੇ ਛੱਡ ਦਿੱਤੇ। ਜੇ ਕੋਈ ਮਾੜਾ ਵਿਚਾਰਾ ਕੋਈ ਮਿਲ ਜਾਣਾ ਧੱਕੇ ਦੇ ਨਾਲ ਉਹਦੇ ਕੋਲ ਉਹਦੇ ਪੈਸੇ ਖੋਹ ਲੈਣੇ, ਉਹਦੀ ਇੱਜ਼ਤ ਖੋਹ ਲੈਣੀ। ਪਰ ਕਾਰਜ ਕੇ ਕਰਤਾ ਹਾਨੀ, ਪਰਾਏ ਦੇ ਕਾਰਜ ਵਿੱਚ ਲੱਤ ਅੜਾ ਕੇ ਉਹਨੂੰ ਦੁਖੀ ਕਰਕੇ ਬੜੀ ਖੁਸ਼ੀ ਮਹਿਸੂਸ ਕਰ ਲਈ ਆਪਣੇ ਆਪ ਵਿੱਚ ਕਿ ਸ਼ਾਇਦ ਮੈਂ ਬੜਾ ਪੁੰਨ ਦਾ ਕੰਮ ਕੀਤਾ ਹੈ। ਸਮਝ ਤਨ ਖੋਵੈ ਦੁੱਖ ਦਾਨੀ, ਉਹ ਕਿਵੇਂ ਕਰਦੇ ਸਨ, ਪਰਾਏ ਨੂੰ ਕਿਵੇਂ ਦੁੱਖ ਦਿੰਦੇ ਕਿ ਸਣ ਦਾ ਬੂਟਾ ਹੁੰਦਾ ਪੁਰਾਣੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਸਣ ਦਾ ਵਾਣ ਵੱਟਿਆ ਜਾਂਦਾ ਸੀ, ਉਹਦਾ ਮੰਜਾ ਬੁਣਦੇ ਸੀ। ਉਹ ਸਣ ਦਾ ਬੂਟਾ ਅੱਜ ਕੱਲ੍ਹ ਜਿਸ ਤਰ੍ਹਾਂ ਢਿੰਜਣ ਦੇ ਬੂਟੇ ਹੁੰਦੇ ਨੇ ਇਸ ਤਰ੍ਹਾਂ ਲੰਬਾ ਜਿਹਾ ਹੁੰਦਾ, ਉਹਨੂੰ ਫਿਰ ਪਾਣੀ ਵਿੱਚ ਭਿਉਂ ਕੇ ਉਹਦਾ ਛਿਲਕਾ ਉਤਾਰਿਆ ਜਾਂਦਾ ਸੀ ਲੰਬਾ ਲੰਬਾ, ਫਿਰ ਉਹਨੂੰ ਪਾਣੀ ਵਿੱਚ ਰੱਖ ਕੇ ਕੁੱਟ ਕੁੱਟ ਕੇ ਪਤਲਾ ਕਰਕੇ ਉਹਦੀ ਰੱਸੀ ਬਣਾਈ ਜਾਂਦੀ ਸੀ। ਉਸ ਰੱਸੀ ਦਾ ਵਾਣ ਵੱਟ ਕੇ ਫਿਰ ਉਹਨੂੰ ਮੰਜਾ ਬਣਾਇਆ ਜਾਂਦਾ ਸੀ ਜਾਂ ਮੋਟਾ ਰੱਸਾ ਬਣਾਇਆ ਜਾਂਦਾ ਸੀ। ਭਾਈ ਸੰਤੋਖ ਸਿੰਘ ਕਹਿੰਦੇ ਉਹਨੇ ਇੰਨਾ ਦੁੱਖ ਸਹਿਆ ਉਸ ਸਣ ਦੇ ਬੂਟੇ ਨੇ, ਪਰ ਉਹਦਾ ਰੱਸਾ ਫਿਰ ਵੀ ਕਿਸੇ ਨੂੰ ਦੁੱਖ ਦੇਣ ਦੇ ਕੰਮ ਆਇਆ, ਕਿਸੇ ਦੇ ਗਲ ਵਿੱਚ ਪਿਆ ਉਹਨੂੰ ਫਾਹ ਦਿੱਤਾ, ਕਿਸੇ ਦੇ ਹੱਥ ਬੰਨੇ, ਕਿਸੇ ਦੇ ਪੈਰ ਬੰਨੇ। ਇਸੇ ਤਰ੍ਹਾਂ ਉਸ ਸਮੇਂ ਲੋਕਾਂ ਦੀ ਮਾਨਸਿਕ ਦਸ਼ਾ ਇਹੋ ਜਿਹੀ ਸੀ, ਇੱਕ ਦੂਜੇ ਨੂੰ ਦੁੱਖ ਤਾਂ ਦਿੰਦੇ ਆਪ ਵੀ ਦੁਖੀ ਹੋਣਾ, ਜੇ ਕੋਈ ਰਾਤ ਜਾਗੇਗਾ ਤਾਂ ਹੀ ਉਹ ਚੋਰੀ ਕਰੇਗਾ, ਆਖਰ ਜਦੋਂ ਕਿਸੇ ਦਾ ਘਰ ਲੁੱਟਣ ਜਾਵੇਗਾ ਕੋਈ ਮੁਕਾਬਲਾ ਕਰੇਗਾ ਉਹਦੇ ਆਪਣੇ ਸਰੀਰ 'ਤੇ ਵੀ ਸੱਟ ਲੱਗੇਗੀ। ਇਸ ਤਰ੍ਹਾਂ ਚੁਗਲੀ ਕਰਕੇ ਭਾਵੇਂ ਆਪ ਨੂੰ ਦੁੱਖ ਦੁੱਗਣਾ ਸਹਿਣਾ ਪਵੇ ਪਰ ਅਗਲੇ ਦਾ ਕਾਰਨ ਜ਼ਰੂਰ ਵਿਗਾੜਨਾ, ਇਹੋ ਜਿਹੀ ਬਿਰਤੀ ਉਦੋਂ ਲੋਕਾਂ ਦੀ ਬਣ ਚੁੱਕੀ ਸੀ। ਔਰ ਜਿਹੜੇ
ਜਿਹੜੇ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਨੇ ਆਪਣੇ ਆਪ ਨੂੰ ਗਿਆਨੀ ਸਮਝਦੇ ਹਨ, ਉਹ ਵੀ ਆਪਣੇ ਵਿੱਚ ਜੀ ਖੁਆਰ ਲੜ ਲੜ ਕੇ ਮਰ ਰਹੇ ਨੇ, ਜਿਵੇਂ ਹੁਣ ਸਾਡੀ ਹਾਲਤ ਬਣੀ ਇਸ ਟਾਈਮ ਪੰਥ ਦੇ ਵਿੱਚ। ਭਗਤੀ ਕਰਨੀ, ਨਾਮ ਜਪਣਾ, ਸੇਵਾ ਕਰਨੀ, ਇਸ ਬਣੇ ਕਿਸੇ ਦਾ ਧਿਆਨ ਨਹੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ। ਉਸ ਸਮੇਂ ਵੀ ਇਸ ਤਰ੍ਹਾਂ ਹੀ ਸਤਿਗੁਰੂ ਨੇ ਉਹਨਾਂ ਦਾ ਵੀ ਖੰਡਨ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਜੇ ਸਿੱਖ ਬਚਪਨ ਤੋਂ ਸਿੱਖ ਬਣ ਗਿਆ, ਨਾਂ ਦੇ ਨਾਲ ਸਿੰਘ ਲੱਗ ਗਿਆ, ਕੌਰ ਬਣ ਗਿਆ, ਉੱਥੇ ਬਿਲਕੁਲ ਇਸ ਚਿੰਨ੍ਹਾਂ ਦੀ ਕੋਈ ਕੀਮਤ ਨਹੀਂ। ਕਰਮੀ ਕਰਮੀ ਹੋਏ ਵਿਚਾਰ ਤੇ ਕਰਮ ਵੇਖੇ ਜਾਣੇ ਤੇ ਚਿੰਨ੍ਹ ਪਾ ਕੇ ਕਰਮ ਵੀ ਕੀਤੇ ਨੇ। ਸਤਿਗੁਰੂ ਕਹਿੰਦੇ ਆ ਦੇਖ ਲਓ ਤੁਹਾਡਾ ਪਿਛੋਕੜ ਹੈ, ਜੇ ਤੁਸੀਂ ਵੀ ਨਾ ਸਮਝੇ ਤੇ ਤੁਹਾਡੀ ਵੀ ਹਾਲਤ ਇਹਨਾਂ ਵਾਲੀ ਹੋਏਗੀ। ਜੋਗੀਆਂ ਨੇ ਵੀ ਕੀਤਾ ਆਪਸ ਵਿੱਚ ਲੜ ਲੜ ਕੇ, ਪੈਸੇ ਪਿੱਛੇ, ਆਪਣੀ ਸੰਗਤ ਪਿੱਛੇ, ਇਹਨਾਂ ਨੇ ਆਪਣੇ 12 ਫਿਰਕੇ ਬਣਾ ਲਏ। ਇੱਕ ਫਿਰਕੇ ਦਾ ਜ਼ਿਕਰ ਆਉਂਦਾ ਵਾਰ ਵਾਰ ਜਪਜੀ ਸਾਹਿਬ ਵਿੱਚ, ਆਈ ਪੰਥੀ ਸਗਲ ਜਵਾਦੀ, ਉਹ ਆਈ ਪੰਥੀ ਉਹਨਾਂ ਦੇ ਇੱਕ ਫਿਰਕੇ ਦਾ ਨਾਂ ਹੈ। ਇੱਥੇ ਭਾਈ ਸੰਤੋਖ ਸਿੰਘ ਉਹਨਾਂ ਦੇ ਸਾਰੇ ਫਿਰਕਿਆਂ ਦੇ ਨਾਮ ਦਿੱਤੇ ਨੇ, ਹਿੰਦੂ ਪੰਥੀ, ਪਾਵ ਪੰਥੀ, ਆਈ ਪੰਥੀ, ਗਮਿਆ ਪੰਥੀ, ਗੋਪਾਲ ਪੰਥੀ, ਕੰਬੜੀ ਪੰਥੀ, ਇਹ 12 ਪੰਥ ਨੇ ਜੋਗੀਆਂ ਦੇ, ਜਿਹੜੇ ਆਪਸ ਵਿੱਚ ਲੜ ਲੜ ਕੇ ਆਪਣੀਆਂ ਸ਼ਾਖਾਂ ਬਣਾ ਲਈਆਂ। ਨਾਨਕ ਦੇ ਮੁਖੀ ਉਜਲੇ ਕੇ
ਕਿਰਪਾ ਜਨ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਕੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਦਰ ਹਉਮੈ ਕੰਡਾ ਹੈ ਜਿਉ ਜਿਉ ਚਲੈ ਚੁਪੈ ਦੁਖ ਪਾਵੈ ਹੈ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਦੁਖ ਪਾਇਆ ਪਰਮੇਸ਼ਰ ਕਉ ਸੋਭ ਖੰਡ ਬ੍ਰਹਿਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵੰਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਨਾਹਾ ਆਕੈ ਬਸਨ ਸੁਹੇਲਾ ਔਧ ਘਟੈ ਤਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੇ ਇਹੋ ਰਾਸੋ ਸਾਕਾਤ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁ ਨ ਹੋਇ ਕੋ ਫੇਰਾ ਅੰਦਰ ਜਾਮੀ ਮੁਰਖ ਬਿਧਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਕਿਨੈ ਸੁਖ ਮੰਗੈ ਅੰਤਰ ਜਾਮੀ ਮੁਰਖ ਬਿਧਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਕਿਨੈ ਸੁਖ ਮੰਗੈ ਮੋਕੋ ਕਰ ਸੰਤਨ ਕੀ
ਸ਼ੋਰ